पर अकाल मूरत अजूनी सपंग गुर प्रसाद कृपा करो हो दीन के दाते मेरा गुण अवगुण ना विचार कोई माटी का क्या तोप सो आमी मानस की गत एही अंत न पावत देव सब मुन इंद्र महा शिव योग करी फन वेद बरंच विचार रहो हर जापन छाड्यो एक करी मथुरा जन को प्रभ दीन दयाल है संगत सृष्ट निहाल करी रामदास गुरु जगतारन को गुरजोत अर्जन माहे तरी रामदास गुरु जगतारन को गुरजोत अर्जन माहे तरी पतत पावन भगत वशल करना निधान ज्योति स्वरूप धन धन श्री गुरु हर कृष्ण महाराज पातशाह जी दे पावन ते पवित्र अस्थान ते बाला प्रीतम जी दे पावन अस्थान ते धन श्री गुरु ग्रंथ साहिब महाराज पातशाह जी दी पावन पवित्र बारगाह दे अंदर सज के रागी सिंघां दी मुखार बिंद दे विचों बहुत रसीला रस पिन्ना मिठी आवाज दे अंदर आप जी श्री आसा जी दी वार दे कीर्तन सरवण कर रहे सन। आओ सत संगी जनों आप जी ने सिंह साहब जी दी रसना दे विचों चल रही लड़ी वार कथा जो शब्द विचार अधीन आया है उसनु सरवण किया है नाल शब्द दी विचार नाल शेरे पंजाब महाराजा रणजीत सिंह जी दे संकेफ जीवन दे विचों आपा चानना पाईए। जितनिया भी संगतां श्री गुरु ग्रंथ साहिब महाराज जी दी हजूरी दे विच सज के अरस लै रहियां ने सब तो पहला अपनिया रसना नू पवित्र करो जी। आखो वाहे गुरु जी का खालसा वाहे गुरु जी की फतेह। शाह महामंद ने बड़िया प्यारियां सत्रा लिखिया ने वो लिखदा महाबली रणजीत सिंह होया पैदा नाल जोर दे मुल्क हलाए गया
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ, ਕੋਟ ਨਵਾਏ ਗਿਆ। ਹੋਰ ਚੀਨ ਲਦਾਖ ਦੀ ਹੱਦ ਤੋੜੀ ਸ਼ਿੱਕਾ ਆਪਣੇ ਨਾਮ ਚਲਾਏ ਗਿਆ। ਸ਼ਾਹ ਮੁਹੰਮਦਾ ਜਾਨ 50 ਵਰਸ਼ਾਂ ਅੱਛਾ ਰੱਜ ਕੇ ਰਾਜ ਕਮਾਏ ਗਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ, ਜਿਸ ਨੇ ਵੱਡਾ ਅਰਸਾ ਇਸ ਮਹਾਂ ਪੰਜਾਬ ਦੀ ਧਰਤੀ 'ਤੇ ਰਾਜ ਕਾਇਮ ਕੀਤਾ। ਸਿੱਖ ਸਰਦਾਰੀਆਂ ਸ਼ੇਰੇ ਪੰਜਾਬ ਜੀ ਦੇ ਸਮੇਂ ਬਖਸ਼ੀਆਂ ਗਈਆਂ। ਸ਼ਬਦ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਮੈਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਜਦੋਂ ਪੜ੍ਹ ਰਿਹਾ ਸੀ, ਭਾਵੇਂ ਕਿ ਉਹਨਾਂ ਦਾ ਇਸ ਮਹਾਂ ਪੰਜਾਬ ਦੇ ਉੱਪਰ ਬਹੁਤ ਵੱਡਾ ਰਾਜ ਸਥਾਪਿਤ ਹੋ ਚੁੱਕਾ ਸੀ, ਡੋਗਰਿਆਂ ਦੀ ਕੁੱਟਣ ਨੀਤੀ ਦੇ ਨਾਲ ਸਿੱਖ ਰਾਜ ਦਾ ਜਦੋਂ ਸੂਰਜ ਡੁੱਬਿਆ, ਭਾਵ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਦੇਹਾਂਤ ਹੋਇਆ। ਖਿਆਲ ਕਰੋ ਜੇ ਗੁਰਮੁਖੋ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਦੋ ਜੰਗਾਂ ਸਿੱਖਾਂ ਦੇ ਵਿੱਚ ਵਧੀਆਂ, ਜਿਸ ਨੂੰ ਫੇਰੂ ਸ਼ਹਿਰ ਵਾਲੀ ਜੰਗ ਵੀ ਆਖਿਆ ਜਾਂਦਾ ਹੈ ਤੇ ਦੂਸਰੀ ਜੰਗ ਜਿਹੜੀ ਸੰਭਰਾਵਾਂ ਵਾਲੀ ਵੀ ਹੋਈ ਹੈ। ਦੋਵੇਂ ਜੰਗਾਂ ਜਿਹੜੀਆਂ ਸ਼ੇਰੇ ਪੰਜਾਬ ਤੋਂ ਮਗਰੋਂ ਅੰਗਰੇਜ਼ਾਂ ਨੇ ਸਿੱਖਾਂ ਦੇ ਨਾਲ ਕੀਤੀਆਂ। ਮੈਂ ਵਿਸ਼ੇਸ਼ ਦੋ ਗੱਲਾਂ ਦਾ ਜ਼ਿਕਰ ਕਰਾਂਗਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਉਹਨਾਂ ਦੇ ਅੰਦਰ ਗੁਰਸਿੱਖੀ ਦੀ ਜਿਹੜੀ ਗੁੜ੍ਹਤੀ ਹੈ, ਗੁਰਸਿੱਖੀ ਦੀ ਭਾਵਨਾ, ਉਹਨਾਂ ਦੇ ਅੰਦਰ ਪ੍ਰੇਮ, ਉਹਨਾਂ ਦੇ ਅੰਦਰ ਸਿੱਖਾਂ ਦੇ ਪ੍ਰਤੀ, ਉਹਨਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਵਫ਼ਾਦਾਰੀ ਕਾਇਮ ਰਹੀ। ਭਾਵੇਂ ਉਹ ਤਖ਼ਤ ਦੇ ਉੱਪਰ ਬਿਰਾਜਮਾਨ ਹੋ ਗਏ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਦੋ ਵੱਡੀਆਂ ਜਿਹੜੀਆਂ ਗੱਲਾਂ ਕੀਤੀਆਂ, ਇੱਕ ਤਾਂ ਖਾਲਸਾ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹੜੇ ਸਿੱਖ ਸਰਦਾਰਾਂ ਦੇ ਕੋਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ਸਤਰ ਪਏ ਹੋਏ ਹੁੰਦੇ ਸਨ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਨੂੰ ਮੋਟੀਆਂ ਜਾਇਦਾਦਾਂ ਦੇ ਕੇ, ਉਹਨਾਂ ਨੂੰ ਵੱਡੇ ਵੱਡੇ ਜ਼ਮੀਨ ਦੇ ਜਿਹੜੇ ਰਕਬੇ ਦੇ ਕੇ, ਸ਼ੇਰੇ ਪੰਜਾਬ ਉਹਨਾਂ ਦੇ ਪਾਸੋਂ ਉਹਨਾਂ ਸ਼ਸਤਰਾਂ ਨੂੰ ਲੈ ਕੇ ਲਾਹੌਰ ਆਪਣੇ ਤੋਸੇ ਖਾਨੇ ਵਿੱਚ ਬੜੇ ਅਦਬ ਤੇ ਸਤਿਕਾਰ ਦੇ ਨਾਲ ਰੱਖਿਆ ਕਰਦੇ ਸਨ। ਖਾਲਸਾ ਜੀ, ਜ਼ਿਕਰ ਆਉਂਦਾ ਹੈ ਕਿ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੰਗ ਦੇ ਵੱਲ ਚੜ੍ਹਾਈ ਕਰਦੇ ਸਨ, ਪਹਿਲਾਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਸ਼ਸਤਰਾਂ ਦੀ ਪੂਜਾ ਕਰਕੇ ਚੱਲਦੇ ਸਨ। ਉਹ ਸ਼ਬਦ ਪੜ੍ਹਦੇ ਸਨ, ਅਸ ਪਰ ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਆਰ ਤੀਰ, ਸਭ ਸਰੋਹੀ ਸਹਿਤੀ ਜਾਹੇ ਹਮਾਰਾ ਪੀਰ। ਜਿਵੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ਸਤਰਨਾਮੇ ਮਾਲਾ ਦੇ ਅੰਦਰ ਸ਼ਸਤਰਾਂ ਨੂੰ ਪੀਰ ਦਾ ਦਰਜਾ ਦਿੱਤਾ ਏ, ਉਸ ਪਾਵਨ ਗੁਰੂ ਦੇ ਬੋਲਾਂ ਨੂੰ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੰਗ ਵੱਲ ਚੜ੍ਹਾਈ ਕਰਦਾ ਸੀ, ਪਹਿਲਾਂ ਉਹਨਾਂ ਸ਼ਸਤਰਾਂ ਦੀ ਪੂਜਾ ਕਰਕੇ, ਸੇਵਾ ਕਰਕੇ, ਉਹਨਾਂ ਦੇ ਅੱਗੇ ਅਰਦਾਸ ਕਰਕੇ ਤੁਰਿਆ ਕਰਦਾ ਸੀ, ਕਲਗੀਧਰ ਪਾਤਸ਼ਾਹ ਮੈਨੂੰ ਜੰਗ ਦੇ ਵਿੱਚ ਬਲ ਬਖਸ਼ੀ, ਮੈਨੂੰ ਜੰਗ ਦੇ ਵਿੱਚ ਸੂਰਮਤਾਈ ਬਖਸ਼ੀ। ਖਾਲਸਾ ਜੀ, ਇਹ ਪਹਿਲੀ ਗੱਲ ਸੀਗੀ ਸ਼ੇਰੇ ਪੰਜਾਬ ਜੀ ਦੀ, ਜਿਨ੍ਹਾਂ ਨੇ ਵੱਡੀਆਂ ਆਪਣੀਆਂ ਜਗੀਰਾਂ ਦੇ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿੱਖ ਸਰਦਾਰਾਂ ਦੇ ਜਿਹਦੇ ਜਿਹਦੇ ਕੋਲੇ ਵੀ ਪਤਾ ਚੱਲਦਾ ਸੀ ਕਿ ਇਹਨਾਂ ਇਹਨਾਂ ਕੋਲੇ ਸ਼ਸਤਰ ਪਏ ਨੇ, ਉਹਨਾਂ ਨੂੰ ਵੱਡੀਆਂ ਜਗੀਰਾਂ ਦੇ ਕੇ ਪਿਆਰ ਦੇ ਨਾਲ ਉਹਨਾਂ ਤੋਂ ਸ਼ਸਤਰ ਲੈ ਕੇ ਆਪਣੇ ਤੋਸੇ ਖਾਨੇ ਵਿੱਚ ਰੱਖ ਲੈਂਦੇ ਸਨ। ਕਹਿੰਦੇ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਅੰਤ ਹੋਇਆ, ਦੇਹਾਂਤ ਹੋਇਆ, ਸਿੱਖ ਰਾਜ ਦਾ ਸੂਰਜ ਡੁੱਬ ਗਿਆ, ਖਾਲਸਾ ਜੀ ਉਸ ਸਮੇਂ ਇਸ ਪੰਜਾਬ ਦੀ ਧਰਤੀ 'ਤੇ ਇੱਕ ਲਾਰਡ ਡਲਹੌਜੀ ਗਵਰਨਰ ਬਣ ਕੇ ਆਇਆ। ਸਿੱਖ ਵਿਦਵਾਨਾਂ ਦੇ ਕਥਨ ਦੇ ਅਨੁਸਾਰ ਇਸ ਪੰਜਾਬ ਦੀ ਧਰਤੀ ਦੇ ਉੱਪਰ ਉੱਠ ਨੇ 8 ਸਾਲ ਗਵਰਨਰੀ ਕੀਤੀ, 8 ਸਾਲ ਗਵਰਨਰੀ ਬਣ ਕੇ ਰਿਹਾ। ਜਦੋਂ ਜਾਣ ਲੱਗਿਆ, ਈਸਟ ਇੰਡੀਆ ਕੰਪਨੀ ਦੀ ਇਜਾਜ਼ਤ ਦੇ ਨਾਲ ਆਇਆ ਸੀ,
ईस्ट इंडिया कंपनी की इजाजत के नाल जिथे शेरे पंजाब महाराजा रणजीत सिंह जी का कोहेनूर हीरा जिहड़ा कदे शेरे पंजाब महाराजा रणजीत सिंह अपने ताज दे विच सजाया करदा सी ओह अपनी अपने वतन इंग्लैंड नाल लैके चले गया जिथे शेरे पंजाब महाराजा रणजीत सिंह जी की सोने की कुर्सी जिहड़ी अज भी इंग्लैंड के अंदर मौजूद है वह भी खालसा जी अपने वतन लॉर्ड डलहौजी लैके चले गया। गुरु गोबिंद सिंह महाराज जी के पावन शस्त्र भी अपने वतन इंग्लैंड नाल लैके चले गया सीगा। खालसा जी उन्हां शस्त्रां दे विच्चों जिवें शमशीरे तेग दाहे ऐनी शस्त्र महाराज जी का सुनहरी चक्कर गुरु गोबिंद सिंह महाराज जी की ढाल जिहड़ी 350 साल पुरानी जो अज भी तख्त श्री केसगढ़ साहब विखे मौजूद है। खालसा जी जो गैंडे की खल की बनी हुई है महाराज जी का वड्डा बरछा छोटा बरछा यह जिहड़े शेरे पंजाब महाराजा रणजीत सिंह जी ने छे शस्त्र जिहड़े श्री तख्त केसगढ़ साहब विखे अज भी सुशोभित ने वह शेरे पंजाब महाराजा रणजीत सिंह जी ने लाहौर अपने तोसे खाने विच बड़े अदब ते सत्कार दे नाल संभाल के रखे सन। जदों लॉर्ड डलहौजी दे बारे मैं दस्या जदों शेरे पंजाब महाराजा रणजीत सिंह जी का अंत होया डोगरियां दी कुटल नीति दे नाल डोगरियां दा इन्ना बोल बाला वध गया सी शाह मुहम्मद कहिंदा पहाड़ा सिंह सी जार फरंगियां दा सिंघां नाल सी उसदी गैर शाली पहाड़ा सिंह वर्गे जिहड़े होर डोगरे सन वह सिंघां नाल ईरखा रखदे सन कहिंदे इसे तरह जिहड़े फरंगी सन उन्हां दे नाल उन्हां दी मित्रता सीगी। खालसा जी जिथे शेरे पंजाब महाराजा रणजीत सिंह जी का कोहेनूर हीरा शेरे पंजाब महाराजा रणजीत सिंह जी की सोने की कुर्सी अपने वतन इंग्लैंड नाल लैके चले गया से उथे कलगीधर गुरु गोबिंद सिंह महाराज जी के ये पावन छे शस्त्र ने शस्त्र बेअंत ने। खालसा जी ये पावन छे शस्त्र ने जिहड़े अपने वतन इंग्लैंड नाल लैके चले गया सीगा जिन्हां दी खोज 1965 हिंद पाकिस्तान दे जंग दे समय हुई। 1 जनवरी 1966 नूं इंग्लैंड तो जिहड़े शेरे पंजाब महाराजा रणजीत सिंह जी दे अंत तो बाद लॉर्ड डलहौजी अपने वतन शस्त्र लैके गया सीगा 1 जनवरी 1966 नूं खालसा जी दिल्ली एयरपोर्ट दे उपर वह शस्त्र लियांदे गए। लॉर्ड डलहौजी की पड़पोती का नाम सी लेडी लिंजे। लेडी लिंजे दे पासों वह शस्त्र बड़ी जदोजहद करन तो बाद प्राप्त हुए जिहड़े शेरे पंजाब महाराजा रणजीत सिंह अपने अरदास करके जंग दे समय चढ़िया करदा सीगा। खालसा जी वह शस्त्र जदों लियांदे गए उस समय के प्रधानमंत्री लाल बहादुर शास्त्री जी उस समय के राष्ट्रपति जाकर हुसैन उन्होंने दिल्ली एयरपोर्ट के उपर इन्हां शस्त्रां का भरमा स्वागत किया। इतिहास के पन्ने कहिंदे ने 1 जनवरी 1966 नूं जदों ये महाराजा रणजीत सिंह जी के जिहड़े तोसे खाने विच्चों शस्त्र लैके चले गया सीगा ये वाहिगुरु फरंगी जदों ये लियांदे जा रहे सीगे कहिंदे दिल्ली एयरपोर्ट के उपर 2 घंटे जहाज लेट हो गया सी। सियाणे कहिंदे ने कहिंदे किसी गुरमुख भावना वाले ने पुछया कहिंदे वड्डे ने किसी ने आना होवे ते देश का प्रधानमंत्री और देश का राष्ट्रपति अज तक नहीं देखिया कि खड़ोता होवे किसी की वेट करता होवे अडीक करता होवे। भावना वाले गुरसिख ने कहा भाई ये तो गुरु गोबिंद सिंह महाराज पातशाह जी के पावन शस्त्र आ रहे ने। कहिंदे किहड़े शस्त्र कहिंदे वह शस्त्र जिहड़े शेरे पंजाब महाराजा रणजीत सिंह जी दे तोसे खाने दे विचों लॉर्ड डलहौजी लैके चले गया सीगा वह शस्त्र वापस आ रहे ने। खालसा जी जदों शस्त्र वह वापस आए शस्त्रां तो उपरंत खालसा जी भारत सरकार ने निघी सलामी देना की पंजाब भारत श्रोमणी गुरद्वारा प्रबंधक कमेटी को सौंप देने किते भारत के तोसे तोसे खाने में वाहेगुरु भारत के कोने कोने विच उन्हां शस्त्रां दे दर्शन करवाए तख्त श्री केसगढ़ विखे सुशोभित किए गए। मेरी कहण की मुराद तो इन्नी कु सीगी खालसा जी के शेरे पंजाब महाराजा रणजीत सिंह जिथे वह साढ़े सिख राज दे मोढ़ी हुए ने उन्होंने सिख राज स्थापित किया है
ਵੱਡੇ ਪੱਧਰ ਤੇ ਉਹਨਾਂ ਨੇ ਸਿੱਖ ਰਾਜ ਮਹਾਂ ਪੰਜਾਬ ਦੇ ਵਿੱਚ ਆਪਣਾ ਰਾਜ ਸਥਾਪਿਤ ਕੀਤਾ ਹੈ। ਖਾਲਸਾ ਜੀ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ਸਤਰਾਂ ਦੇ ਨਾਲ ਵੀ ਕਿੰਨਾ ਪਿਆਰ ਪ੍ਰੇਮ ਕਰਦੇ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ਸਤਰ ਉਹ ਜਾਣ ਤੋਂ ਪਿਆਰੇ ਰੱਖਦੇ ਸਨ। ਖਾਲਸਾ ਜੀ ਸਭ ਤੋਂ ਵੱਡੀ ਇਹ ਸ਼ੇਰੇ ਪੰਜਾਬ ਜੀ ਦੀ ਸਿੱਖ ਕੌਮ ਨੂੰ ਦੇਣ ਸੀ। ਜਿੱਥੇ ਜਿੱਥੇ ਵੀ ਸ਼ਸਤਰ ਪਏ ਹੋਏ ਹੁੰਦੇ ਸਨ ਉਹਨਾਂ ਨੂੰ ਆਪਣੇ ਲਾਹੌਰ ਤੋਸੇ ਖਾਨੇ ਵਿੱਚ ਰਖਵਾ ਲੈਂਦੇ ਸਨ। ਕਹਿੰਦੇ ਸੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੋਈ ਨਿਸ਼ਾਨੀ ਅਜਾਈ ਨਹੀਂ ਜਾਣੀ ਚਾਹੀਦੀ। ਖਾਲਸਾ ਜੀ ਦੂਸਰੀ ਸ਼ੇਰੇ ਪੰਜਾਬ ਜੀ ਦੀ ਸਭ ਤੋਂ ਵੱਡੀ ਇਹ ਦਿਨ ਸੀਗੀ ਕਿ ਜਿਹੜਾ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਬਤੌਰ ਗ੍ਰੰਥੀ ਸਿੰਘਾਂ ਦੇ ਨਾਮ ਦੇ ਨਾਲ ਸਿੰਘ ਸਾਹਿਬ ਪਦ ਲਾਇਆ ਜਾਂਦਾ ਹੈ। ਜਿਵੇਂ ਅਸੀਂ ਸਤਿਕਾਰਯੋਗ ਸਿੰਘ ਸਾਹਿਬ ਦਾ ਰੁਤਬਾ, ਸਤਿਕਾਰਯੋਗ ਸਿੰਘ ਸਾਹਿਬ ਦਾ ਪਦ, ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਦੇਣ ਹੈ। ਜਦੋਂ ਉਹਨਾਂ ਦੇ ਪਹਿਲਾ ਨਾਮ ਭਾਈ ਕਰਕੇ ਵਰਤੇ ਜਾਂਦੇ ਸਨ, ਸ਼ੇਰੇ ਪੰਜਾਬ ਨੇ ਵਿਚਾਰ ਕੀਤੀ ਵੱਡੇ ਵੱਡੇ ਅਹਿਲਕਾਰਾਂ ਦੇ ਨਾਲ ਆਪਣੇ ਰਾਜ ਸਭਾ ਦੇ ਅੰਦਰ। ਉਹ ਕਹਿੰਦੇ ਸਾਡੇ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਜਿਹੜੇ ਗ੍ਰੰਥੀ ਸਿੰਘ ਨੇ ਇਹ ਉੱਚੀ ਪੋਸਟ ਵਾਲੇ ਨੇ ਤੇ ਇਹਨਾਂ ਦੇ ਸਤਿਕਾਰ ਦੇ ਵਜੋਂ ਇਹਨਾਂ ਦੇ ਨਾਮ ਸਿੰਘ ਸਾਹਿਬ ਪਦ ਜਿਹੜਾ ਉਹ ਲਾਉਣਾ ਚਾਹੀਦਾ ਹੈ। ਜਿਹੜਾ ਸਤਿਕਾਰਯੋਗ ਸਿੰਘ ਸਾਹਿਬ ਦਾ ਰੁਤਬਾ ਹੈ ਬਤੌਰ ਦਰਬਾਰ ਸਾਹਿਬ ਜੀ ਦੇ ਸ੍ਰੀ ਗ੍ਰੰਥੀ ਸਿੰਘ ਹੀ ਪਹਿਲਾਂ ਲਿਖਵਾ ਸਕਦੇ ਸਨ, ਹੋਰ ਕੋਈ ਨਹੀਂ ਸੀ ਲਿਖਵਾ ਸਕਦਾ ਪਿਆ। ਉਹਨਾਂ ਨੂੰ ਆਗਿਆ ਸੀਗੀ, ਉਹਨਾਂ ਨੂੰ ਜਿਹੜਾ ਸਿੰਘ ਸਾਹਿਬ ਦਾ ਰੁਤਬਾ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਦੇਣ ਹੈ। ਖਾਲਸਾ ਜੀ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਦੇਹਾਂਤ ਹੋਇਆ, ਜਿੱਥੇ ਉਹਨਾਂ ਨੇ ਸਿੱਖ ਕੌਮ ਦੇ ਵਾਸਤੇ ਜਾਂ ਮਹਾਂ ਪੰਜਾਬ ਦੇ ਵਾਸਤੇ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਉਹਨਾਂ ਤੋਂ ਪਿੱਛੋਂ ਦੋ ਜਿਹੜੀਆਂ ਜੰਗਾਂ ਹੋਈਆਂ ਸਨ, ਸਭਰਾਵਾਂ ਵਾਲੀ ਜੰਗ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਕੀਤੀ। ਖਾਲਸਾ ਜੀ ਇਸੇ ਤਰ੍ਹਾਂ ਸ਼ੇਰੂ ਸ਼ਹਿਰ ਦੀ ਜਿਹੜੀ ਜੰਗ ਸੀ ਉਹ ਸਿੰਘਾਂ ਨੇ ਕਰਨਾ ਕੀਤੀ। ਬਾਦ ਕਿਸਮਤੀ ਦੇ ਨਾਲ ਜਦੋਂ ਸਰਕਾਰ ਨਹੀਂ ਸੀਗੀ, ਸਰਕਾਰ ਤੋਂ ਬਿਨਾਂ ਤਾਂ ਫਿਰ ਇਹ ਖਾਲਸਾ ਪੰਥ ਦੋਵੇਂ ਜੰਗਾਂ ਹੀ ਹਾਰ ਗਿਆ। ਪਰ ਖਾਲਸਾ ਜੀ ਸ਼ਾਹ ਮੁਹੰਮਦ ਦੀ ਇੱਕ ਸਤਰ ਕਹਿ ਕੇ ਆਪਾਂ ਸ਼ਬਦ ਦੀ ਵਿਚਾਰ ਪ੍ਰਾਰੰਭ ਕਰਾਂਗੇ। ਉਹ ਲਿਖਦਾ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿੱਖਾਂ ਦੇ ਅੰਦਰ ਆਪਣੀਆਂ ਫੌਜਾਂ ਦੇ ਅੰਦਰ ਇੰਨਾ ਕੁ ਸਪਿਰਿਟ ਭਰ ਦੇਣਾ ਕੀਤਾ ਸੀਗਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਦੇਹਾਂਤ ਤੋਂ ਬਾਅਦ ਜਦੋਂ ਸੰਭਰਾਵਾਂ ਵਾਲੀ ਜੰਗ ਹੋਈ, ਉਹ ਲਿਖਦਾ ਕਹਿਣ ਲੱਗਾ ਆਈਆਂ ਪਲਟਣਾ ਬੀੜ ਕੇ ਤੋਪਖਾਨੇ ਆਗੋ ਸਿੰਘਾਂ ਨੇ ਪਾਸੜੇ ਤੋੜ ਦਿੱਤੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ ਹੱਲੇ ਤਿੰਨ ਫਰੰਗੀ ਦੇ ਤੋੜ ਦਿੱਤੇ, ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਨ ਸ਼ਾਸਤਰੀ ਤੋੜ ਵਿਜੋੜ ਛੱਟੇ, ਸ਼ਾਮ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਸਿਰ ਨਿਚੋੜ ਛੱਟੇ। ਭਾਵੇਂ ਕਿ ਸਰਕਾਰ ਨਹੀਂ ਸੀਗੀ, ਸਰਕਾਰ ਤੋਂ ਬਿਨਾਂ ਸਭਰਾਵਾਂ ਵਾਲੀ ਜੰਗ ਹੋਈ, ਪਰ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਕਮਾਨ ਦੇ ਥੱਲੇ ਭਾਵੇਂ ਬੇੜੀਆਂ ਦਾ ਡੋਗਰਿਆਂ ਨੇ ਪੁੱਲ ਵੀ ਤੋੜ ਦਿੱਤਾ ਸੀਗਾ। ਜਦੋਂ ਖਾਲਸਾ ਜੀ ਬਰੂਦ ਦੇਖਿਆ ਉਹਦੇ ਵਿੱਚ ਕੱਚੀ ਤੇ ਗਲੀ ਸੜੋ ਨਿਕਲੀ, ਪਰ ਕਹਿੰਦੇ ਸਿੰਘ ਇੰਨਾ ਹੌਸਲੇ ਬੁਲੰਦ ਸਨ, ਉਹਨਾਂ ਨੇ ਇੱਕ ਵਾਰੀ ਸਭਰਾਵਾਂ ਵਾਲੀ ਜੰਗ ਦੇ ਅੰਦਰ ਗੋਰਿਆਂ ਦੇ ਇਸ ਤਰ੍ਹਾਂ ਸਿਰ ਨਿਚੋੜ ਦਿੱਤੇ ਜਿਵੇਂ ਕੋਈ ਨਿੰਬੂ ਨਿਚੋੜ ਕੇ ਰੱਖ ਦਿੰਦਾ ਹੈ। ਖਾਲਸਾ ਜੀ ਇਸੇ ਤਰ੍ਹਾਂ ਸ਼ੇਰੇ ਪੰਜਾਬ ਜੀ ਤੋਂ ਮਗਰੋਂ ਇਹ ਜਿਹੜਾ ਸਮੁੱਚਾ ਪੰਜਾਬ ਹੈ ਜਾਂ ਦੇਸ਼ ਦੀ ਸਮੁੱਚੀ ਧਰਤੀ ਹੈ ਇਹ ਅੰਗਰੇਜ਼ਾਂ ਦੇ ਅਧੀਨ ਹੋ ਜਾਣਾ ਕੀਤੀ। ਖਾਲਸਾ ਜੀ ਸ਼ੇਰੇ ਪੰਜਾਬ ਜੀ ਦੀ ਜਿੱਥੇ ਸਿੱਖ ਕੌਮ ਦੇ ਵਾਸਤੇ ਮਹਾਨ ਕੁਰਬਾਨੀ ਹੈ, ਉੱਥੇ ਸਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਮਹਾਂ ਪੰਜਾਬ ਦੇ ਉਹ ਰਾਜੇ ਸਨ ਜਿਨ੍ਹਾਂ ਨੇ ਕੇਵਲ ਦਾਨੀ ਨਹੀਂ ਸੀ, ਉਹ ਦਾਨੀ ਹੋਣ ਦੇ ਨਾਤੇ ਤੇ ਉਹਨਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ, ਉਹਨਾਂ ਦੇ ਅੰਦਰ ਗੁਰੂ ਰਾਮਦਾਸ ਜੀ ਦੇ ਪ੍ਰਤੀ, ਉਹਨਾਂ ਦੇ ਅੰਦਰ ਸਮੁੱਚੀ ਖਾਲਸਾ ਪੰਥ ਦੇ ਪ੍ਰਤੀ ਵਫ਼ਾਦਾਰੀ ਸੀਗੀ। ਜਦੋਂ ਕਦੇ ਉਹਨਾਂ ਨੂੰ ਬੁਲਾਇਆ ਜਾਂਦਾ ਸੀਗਾ ਗਲਤੀ ਹੋਣ ਦੇ ਨਾਤੇ ਤੇ ਤਦੋਂ ਹੀ ਉਹ ਖਾਲਸਾ ਪੰਥ ਦੇ ਅੱਗੇ ਨੀਵੀਂ ਪਾ ਕੇ ਹੱਥ ਜੋੜ ਕੇ ਖੜੇ ਹੋ ਜਾਂਦੇ ਸਨ। ਖਾਲਸਾ ਜੀ ਉਹਨਾਂ ਨੇ ਸਭ ਤੋਂ ਵੱਡੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਦਰਬਾਰ ਨੂੰ ਉਹਨਾਂ ਨੇ ਸੋਨੇ ਦੀ ਸੇਵਾ ਕਰਵਾਈ। ਜਦੋਂ ਅਸੀਂ ਦਰਬਾਰ ਸਾਹਿਬ ਜੀ ਦੇ ਅੰਦਰ ਅੰਟਰ ਹੁੰਦੇ ਹਾਂ, ਆਪ ਜੀ ਉੱਤੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਪੜ੍ਹਦੇ ਹੋ,
महाराजा रणजीत सिंह जी आनंद सेवक जी दे पासों ये सारी सेवा करवाई गई गुरु रामदास जी की कृपा दे द्वारा। उन्हां दे अंदर केवल ओह इस तरह नहीं सी कि सिख होण दे नाते ते कले गुरु अस्थान ही बनाया करदे सन, जिथे किथे मसीत दी लोड़ हुंदी सी इस्लामी लोग आके मुसलमान भाईचारे दे लोग आके शेरे पंजाब नूं कहिंदे सन, शेरे पंजाब जी सानू मसीत बनवा के देवो। उत्थे शेरे पंजाब जी मसीत भी बना के दया करदे सन। जदों उन्हां दे कोले हिंदू लोग कट्ठे होके आउंदे सन, सानू मंदर बना के दिओ, ओह मंदर भी बना के दया करदे सन। उन्हां दीआं इह भावनावां सन। शेरे पंजाब महाराजा रणजीत सिंह जी इस तरह उन्हां दी अज विशेष बरसी दे उत्ते संगतां वड्डे पद्धर ते नमस्तक हो रहीआं ने। धन धन श्री गुरु नानक देव महाराज जी दे, आप जी ने बचन जो सरवण कीते ने। विचार अधीन आए शब्द दी विचार नूं प्रारंभ करिए। गुरु कृपा करन, गुरु बख्शिश करन, यह राम कली वार दी अज समाप्ति भी है। खालसा जी नाल गुरु नानक देव महाराज जी सानू उपदेश भी दे रहे ने। महाराज पातशाह जी कहिंदे ने दो तरह के लोग हुंदे ने, एक मनमुख लोग ते दूसरे गुरमुख लोग। पर ख्याल करो गुरमुखो, मनमुख कह देनी वक्री गल है, गुरमुख कह देना वक्री गल है। पर जो मनमुख दी ते अते गुरमुख दी असी परिभाषा नूं पढ़दे हां, उन्हां दी डेफिनेशन नूं पढ़दे हां, ढेर सारा अंतर है। समझ लवो कि एक जमीन ते असमान दा अंतर है। महाराज जी कहिंदे जिहड़ा मनमुख है उहदा जीवन तां बगले ते कां वर्गा है, पर जिहड़ा गुरमुख हुंदा है सतसंगी जनों उहदा जीवन कहिंदे हंस वर्गा हुंदा है। ते हंस जिहड़ा हुंदा है उह मान सरोवर ते रहिंदा है। मान सरोवर ते रहण करके उहदा जीवन, उहदा खाणा, उहदा पहनना केवल मोती ही हुंदे ने। उह मोतियां नूं चुग के अपना जीवन का आहार करता है। अगर भुल भुलेखे दे नाल हंस किते दूसरी जगह ते भी चले जावे, वो किसे होर थान तो कोई डड्डियां मछियां नहीं खांदा व्या। कहिंदे इसे तरह जिहड़े गुरमुख हुंदे ने वो हंसां दी न्याई हुंदे ने, ते जिहड़े कहिंदे मनमुख हुंदे ने वो कां ते बगलियां दी न्याई हुंदे ने। ते इत्थे सतगुरु गुरु नानक देव महाराज जी दोवें पक्ष ही चला रहे ने, मनमुख का पक्ष भी और गुरमुख का पक्ष भी। गुरमुख हंस ने, मनमुख कां ने। सतगुरु गुरु नानक देव महाराज पातशाह जी कहिंदे जिहड़े मनमुख हुंदे ने वो कदे मान सरोवर ते नहीं जांदे, ते गुरमुखो जिहड़े हंस गुरमुख हुंदे ने वो कदे भी कहिंदे वकारां वल नहीं जांदे। वे उन्हां दे जीवन विच ढेर सारा अंतर है। बाबा फरीद जी दे बचनां दे विचों एक शब्द कह के शब्द की आरंभता करिए। बाबा फरीद जी ने पावन शब्द कहे ने, कहन लगे मैं तुरिया जांदा सीगा। देखो ये साढ़े भावें एक साखी का रूप है पर समझन वास्ते ये बेहतरीन है। बाबा फरीद जी कहिंदे तुरिया जांदा, कहिंदे एक बगला मान सरोवर के उपर बैठा, कहिंदे हंस दे नाल गोश्त कर रहा है, हंस दे नाल विचार करदा पिया है। बगला हंस नूं कहन लगा मित्रा कि जे तू चाहे तो मैं भी मान सरोवर दे विच कुद सकदा, मैं भी मान सरोवर दे विच जा के मोतियां नूं खा सकदा है। हंस कहिंदा अजिहा नहीं हुंदा, ये केवल मान सरोवर दे उपर हंसां दा ही कब्जा है, इत्थे केवल हंस ही मोती खा सकदे ने। बगला कहिंदा क्यों, तेरा रंग भी चिट्टा है, मेरा रंग भी चिट्टा है, तेरे ते मेरे विच की अंतर है, मैं भी मान सरोवर दे विच जा के कुद सकदा है, मैं भी मोती खा सकदा है। वो कहिंदा तेरी मर्जी। कहिंदे जदों बगला मान सरोवर दे विच अडारी मारी, मान सरोवर दे विच कुदना चाहा, ते बाबा फरीद जी कहिंदे बस चार कु सकिंट वरते सन, थोड़े समय के अंदर ही बगले दे पैर हथ जिहड़े हिलणों बंद हो गए। कहिंदे थोड़े समय दे विच जिहड़ा बगला टारा मारदा पिया सी हंस नूं कह रहा सी कि मैं मान सरोवर दे विच जा के मैं मोतियां नूं खावांगा, थोड़े समय दे विच ही वह बगले की धौण पानी थले हो गई, ते जिहड़े बगले दे पैर सी उपर चले गए।
बाबा जी ने इत्थे बड़ा प्यारा बचन लिखा है, कह लगे हंसां देख तरंदिया बग्गा पे आया चाओ डब मुए बग बपड़े सिर तल उपर पाओ। कहिंदे देख भाई बगलिया ने हंसां नूं देख के मन विच चा कीता, मन विच उत्साह कीता कि मैं भी जा करके मान सरोवर विचों मोती खावांगा, मैं भी मान सरोवर दे विच कुदांगा। कहिंदे देख हंसां नूं देख के मन विच चा तां कीता, पर उन्हां दी जिहड़ी करनी उह हंसां वर्गी नहीं सीगी, उन्हां दी करनी जिहड़ी हंसां वर्गी नहीं। ज्यों ही वह मान सरोवर दे विच मोतियां नूं खाण वास्ते बढ़िया, कहिंदे नाल दी नाल ही बाबा फरीद जी कहिंदे सरोवर दे विच डुब गया। अंत नूं कहिंदे उहदा सिर थले ते जिहड़े पैर सन उपर अपने जीवन दी अहूती दे देना कीती। कहिंदे इसे तरह जिहड़े मनमुख लोक हुंदे ने उन्हां दा जीवन कहिंदे बगलियां दी न्याई, कई कई वार वह गुरमुखां नूं देख के गुरमुख रूपी हंसां नूं देख के मन विच चा पैदा हुंदा है कि मैं भी गुरमुखां वर्गे कर्म करां, पर असंभव हो जांदे ने क्योंकि कर्म उन्हां दे साथ नहीं दिंदे वे, कर्म वधिया नहीं हुंदे, कर्म उजले नहीं हुंदे वे। इसे करके उन्हां दे साथ जिहड़े ने कर्म ना होण करके निष्फल चले जांदे ने। पर नाल बाबे फरीद जी ने यह भी शब्द कहा, कहिंदे क्या हंस क्या बगला जाको नदर करे जो तस भावै नानका कागो हंस करे। कहिंदे कौन हंस है कौन बगला है, भाव कौड़ा गुरमुख है ते केड़ा मनमुख है। हे गुरु नानक देव जी महाराज, हे श्री गुरु ग्रंथ साहिब जी महाराज, जे तैनू भा जावे तां तू कावां तों भी हंस बना दिंदा है, जे तैनू भा जावे तां तू कावां तों बगलियां तों भी हंस बना दिंदा है। जे तेरी नज़र तेरी निगाह सवली हो जावे, जे तू तुठा किरपा निधान ना दूजा वेखाल, जे तेरी किरपा हो जावे तू प्रसन्न हो जावे ते ये निगाह दे विच दूसरा कोई आउंदा ही नहीं गा। सतगुरु गुरु नानक देव महाराज जी पावन शब्दां दे विच सानू समझा रहे ने। महाराज जी कहिंदे श्लोक महला पहला सारवर हंस तुरे ही मेला खासमा ए वै भाणा। जिहड़ा मान सरोवर है, मान सरोवर दे उत्ते कहिंदे हंसां दा ही मेला हुंदा है, ते अगे कहिंदे खासमा ए वै भाणा, खासम जो वाहिगुरु परमेश्वर है, जिहड़ी उसनू गल चंगी लगदी उही हुंदी है, जिहड़ी भाणा उसनू भा जावे, जिहड़ी खसम नूं भा जावे, वाहिगुरु परमेश्वर नूं भा जावे, उही गल चंगी हुंदी है। मान सरोवर दे उत्ते हंसां दा मेला, सतगुरु महाराज पातशाह जी कहिंदे सारवर अंदर हीरा मोती सो हंसां का खाना। इस मान सरोवर दे उपर जिहड़े हीरे ने मोती है कहिंदे उह हंसां दा खाना है, उह हंस उस नूं खांदे ने। कहिंदे इसे तरह बगला कागन रही सरवर जे हुवै अत सियाणा। बगला कहिंदे जेकर के कां सियाणा थोड़े मोटे भी होण, अपने अंदर सियाणप भी वरतदे होण, ते कहिंदे ने ओ सरवर ते मान सरोवर ते नहीं जांदे वे। उन्हां नूं पता है कि मान सरोवर दे अंदर साडा खाणा नहीं गा, साडा रिजक नहीं गा, क्योंकि उन्ना रिजक ना पायो उथै उन्ना होरो खाना। उन्ना ने भाव जिहड़ा बगला है कां है, उन्ना दा जिहड़ा रिजक है, उन्ना दा खाना है, उन्ना दा तां केवल डड्डियां ने मछियां ने। इसे करके वह सियाने ने, जे सियाने होण ते वह मान सरोवर ते नहीं जांदे। इसे तरह जिहड़े गुरमुख हुंदे ने ਅਤੇ ਜਿਹੜੇ ਮਨਮੁੱਖ ਹੁੰਦੇ ਨੇ, ਕਿਉਂਕਿ ਜਿਹੜੇ ਮਨਮੁੱਖ ਨੇ ਉਹਨਾਂ ਦੇ ਵਿੱਚੋਂ ਜਿਹੜੇ ਬਗਲੇ ਦੀ ਪਖੰਡੀ ਨੇ, ਵਿਦਵਾਨਾਂ ਨੇ ਕਿਹਾ ਬਗਲੇ ਦੀ ਤਰ੍ਹਾਂ ਜਿਹੜੇ ਪਖੰਡ ਕਰਦੇ ਨੇ, ਕਿਉਂਕਿ ਇੱਕ ਰਾਜਨੀਤਿਕ ਦਾ ਗ੍ਰੰਥ ਵਿਦਵਾਨਾਂ ਨੇ ਲਿਖਿਆ, ਉਹ ਕਹਿੰਦੇ ਬਗਲੇ ਦੇ ਵਿੱਚ ਇੱਕ ਗੁਣ ਹੈ, ਉਹ ਕਹਿੰਦੇ ਉਹ ਕੀ ਗੁਣ ਹੈ, ਕਹਿੰਦੇ ਬਗਲੇ ਵਰਗੀ ਸਮਾਧੀ ਨਹੀਂ ਕੋਈ ਲਾ ਸਕਦਾ ਪਿਆ। ਕਹਿੰਦੇ ਜਦੋਂ ਵੀ ਉਹ ਡੱਡੀ ਜਾਂ ਮੱਛੀ ਨੂੰ ਪਕੜਨਾ ਹੁੰਦਾ ਹੈ
ਬਗਲਾ ਕਹਿਣ ਲੱਗੇ ਕਿ ਆਪਣੀ ਸਮਾਧੀ ਘੋਰ ਲਾ ਦਿੰਦਾ ਏ। ਕਹਿੰਦੇ ਡੱਡੀ ਮੱਛੀ ਉਸ ਨੂੰ ਮੱਥਾ ਟੇਕਣ ਵਾਸਤੇ ਆਉਂਦੀ ਵੀ ਕੋਈ ਮਹਾਨ ਮਹਾਂਪੁਰਖ ਬੈਠਾ ਏ ਜਿਹਦਾ ਰੰਗ ਵੀ ਚਿੱਟਾ ਹੈ। ਕਹਿੰਦੇ ਜਿਉਂ ਉਸ ਨੂੰ ਮੱਥਾ ਟੇਕਣ ਵਾਸਤੇ ਆਉਂਦੀ ਤੇ ਉਦੋਂ ਹੀ ਆਪਣੀ ਚੰਬੇਲ ਦੇ ਅੰਦਰ ਲੈ ਲੈਂਦਾ ਪਿਆ। ਕਹਿੰਦੇ ਬਗਲੇ ਵਰਗੀ ਸਮਾਧੀ ਨਹੀਂ ਪਰ ਹੈ ਪਖੰਡੀ ਸਮਾਧੀ ਹੈ, ਉਹਦੀ ਸਮਾਧੀ ਵਿੱਚ ਪਖੰਡ ਹੈ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਬਗਲੇ ਦੀ ਤਰ੍ਹਾਂ ਜਿਹੜੇ ਪਖੰਡੀ ਲੋਕ ਨੇ, ਕਹਿੰਦੇ ਜਿਹੜੇ ਕਾਗ ਕਾਵਾਂ ਦੀ ਤਰ੍ਹਾਂ, ਕਹਿੰਦੇ ਬਗਲੇ ਦਾ ਖਾਣਾ ਡੱਡੀਆਂ, ਕਹਿੰਦੇ ਕਾਂ ਦਾ ਖਾਣਾ ਵਿਸ਼ਟਾ ਤੇ ਗੰਦਗੀ, ਕਹਿੰਦੇ ਇਸੇ ਤਰ੍ਹਾਂ ਜਿਹੜੇ ਬਗਲੇ ਨੇ ਪਖੰਡੀ ਲੋਕ ਨੇ, ਕਹਿੰਦੇ ਉਹ ਪਰਾਏ ਰੂਪ ਦੇ ਵੱਲ ਦੇਖ ਕੇ ਲੁਭਤ ਹੋ ਜਾਂਦੇ ਨੇ, ਜਿਹੜੇ ਕਾਂ ਦੀ ਤਰ੍ਹਾਂ ਉਹ ਵਿਕਾਰਾਂ ਦੀ ਗੰਦਗੀ ਖਾਂਦੇ ਨੇ। ਕਹਿੰਦੇ ਇਸੇ ਤਰ੍ਹਾਂ ਇਹ ਦੋ ਜਿਹੜੇ ਪੰਛੀ ਨੇ ਇਹਨਾਂ ਦੀ ਮਨਮੁੱਖ ਦੀ ਹਾਲਤ ਇਹਨਾਂ ਦੀ ਤਰ੍ਹਾਂ ਬਣੀ ਹੋਈ ਹੈ, ਕਾਂ ਦੀ ਔਰ ਬਗਲੀ ਦੀ ਤਰ੍ਹਾਂ, ਪਖੰਡੀ ਦੀ ਤਰ੍ਹਾਂ, ਕਹਿੰਦੇ ਵਿਕਾਰਾਂ ਦੇ ਵਿੱਚ ਡੁੱਬੇ ਹੋਣ ਦੀ ਤਰ੍ਹਾਂ। ਕਹਿੰਦੇ ਇਸ ਤਰ੍ਹਾਂ ਕਦੇ ਇਹ ਪਰਾਏ ਰੂਪ ਨੂੰ ਦੇਖ ਕੇ, ਕਹਿੰਦੇ ਇਸ ਤਰ੍ਹਾਂ ਇਹ ਪਖੰਡ ਕਰਕੇ ਛਲ ਕਰਕੇ ਕਹਿੰਦੇ ਰਹਿੰਦਾ ਹੈ, ਕਦੇ ਇਹ ਵਿਕਾਰਾਂ ਦੀ ਗੰਦਗੀ ਕਾਂ ਦੇ ਰੂਪ ਦੇ ਅੰਦਰ ਖਾਂਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਬਗਲਾ ਕਾਗ ਨਾ ਰਹੀ ਸਰਬਰ, ਕਹਿੰਦੇ ਬਗਲਾ ਭਾਵੇਂ ਹੋਵੇ ਭਾਵੇਂ ਕਾਂ, ਅਗਰ ਥੋੜ੍ਹਾ ਘਣਾ ਸਿਆਣਾ ਹੋਵੇ ਤਾਂ ਕਹਿੰਦੇ ਉਹ ਸਰਬਰ ਮਾਨ ਸਰੋਵਰ ਦੇ ਉੱਤੇ ਨਹੀਂ ਰਹਿੰਦਾ ਪਿਆ, ਕਿਉਂਕਿ ਉਹਨਾਂ ਰਿਜਕ ਨਾ ਪਾਇਓ ਉੱਥੇ ਉੱਥੇ ਭਾਵ ਉੱਥੇ ਜਾ ਕਰਕੇ ਮਾਨ ਸਰੋਵਰ 'ਤੇ ਉਹਨਾਂ ਨੂੰ ਰਿਜਕ, ਉਹਨਾਂ ਨੂੰ ਖਾਣ ਦੇ ਪਦਾਰਥ ਨਹੀਂ ਮਿਲਣੇ। ਉਹਨਾਂ ਦਾ ਕੇਵਲ ਕੰਮ ਹੈ ਡੱਡੀਆਂ ਮੱਛੀਆਂ ਖਾਣਾ, ਪਖੰਡੀਆਂ ਦਾ ਕੰਮ ਹੈ ਪਰਾਏ ਰੂਪ ਦੇ ਅੰਦਰ ਵੇਖ ਕੇ ਲੁਭਤ ਹੋ ਜਾਣਾ, ਬਗਲਿਆਂ ਦੀ ਨਾਈ, ਕਾਵਾਂ ਦੀ ਨਿਆਈ, ਜਿਹੜੇ ਵਿਕਾਰੀ ਲੋਕ ਨੇ ਉਹਨਾਂ ਦਾ ਕੰਮ ਹੈ ਵਿਕਾਰਾਂ ਦੀ ਗੰਦਗੀ ਖਾਣੀ, ਉਹਨਾਂ ਨੂੰ ਉੱਥੋਂ ਪ੍ਰਾਪਤ ਨਹੀਂ ਹੁੰਦੇ। ਇਸੇ ਤਰ੍ਹਾਂ ਵਿਦਵਾਨ ਇਸਦੇ ਬਾਰੇ ਕਹਿੰਦੇ ਨੇ ਜਿਹੜੇ ਸਿਆਣੇ ਨੇ ਹੰਸਾਂ ਦੀ ਤਰ੍ਹਾਂ ਗੁਰਮੁਖ ਨੇ, ਉਹ ਸਤ ਸੰਗਤ ਦੇ ਵਿੱਚ ਮਾਨ ਸਰੋਵਰ ਦੇ ਵਿੱਚ ਆਉਂਦੇ ਨੇ। ਸਤ ਸੰਗਤ ਰੂਪੀ ਮਾਨ ਸਰੋਵਰ ਜਿੱਥੇ ਬੈਠ ਕੇ ਨਾਮ ਦੀ ਦਾਤ ਮਿਲਦੀ ਹੈ, ਜਿੱਥੇ ਬੈਠ ਕੇ ਕੀਰਤਨ ਦੀ ਦਾਤ ਮਿਲਦੀ ਹੈ, ਜਿੱਥੇ ਬੈਠ ਕੇ ਕਥਾ ਦੀ ਦਾਤ ਮਿਲਦੀ ਹੈ। ਇੱਥੇ ਕਹਿਣ ਲੱਗੇ ਬਗਲੇ ਦੀ ਨਿਆਈ, ਕਾਂ ਦੀ ਨਿਆਈ, ਵਿਕਾਰੀ ਲੋਕ ਤੇ ਪਖੰਡੀ ਲੋਕ ਨਹੀਂ। ਅਗਰ ਆ ਵੀ ਜਾਂਦੇ ਨੇ ਉਹ ਬਹੁਤਾ ਸਮਾਂ ਨਹੀਂ ਬੈਠਦੇ। ਕਦੇ ਦੇਖਿਆ ਤੁਸੀਂ ਵਿਕਾਰੀ ਆਦਮੀਆਂ ਨੂੰ ਜਾਂ ਪਖੰਡੀ ਆਦਮੀਆਂ ਨੂੰ, ਉਹ ਦੋ ਦੋ ਘੰਟੇ ਬੈਠ ਕੇ ਕੀਰਤਨ ਸਰਵਣ ਕਰਦੇ ਹੋਣ, ਉਹ ਕਥਾ ਸਰਵਣ ਕਰਦੇ ਹੋਣ, ਜਾਂ ਉਹ ਗੁਰਬਾਣੀ ਸਰਵਣ ਕਰਦੇ ਹੋਣ, ਉਹ ਤਾਂ 5 ਜਾਂ 10 ਮਿੰਟ ਵੱਧ ਤੋਂ ਵੱਧ ਬੈਠਣਗੇ, ਉੱਠ ਕੇ ਚਲੇ ਜਾਣਗੇ, ਕਿਉਂਕਿ ਉਹਨਾਂ ਦਾ ਰਿਜਕ ਨਹੀਂ ਗਾ, ਉਹਨਾਂ ਦਾ ਖਾਣਾ ਨਹੀਂ ਇਹ, ਇਹ ਖੁਰਾਕ ਹੰਸਾ ਰੂਪੀ ਜਿਹੜੇ ਗੁਰਮੁਖ ਨੇ ਉਹਨਾਂ ਦੀ ਹੈ। ਨਾਮ ਦੀ ਖੁਰਾਕ, ਦੋ ਤਰ੍ਹਾਂ ਦੀ ਖੁਰਾਕ ਹੁੰਦੀ ਹੈ, ਬਾਹਰਲੇ ਸਰੀਰ ਦੀ ਖੁਰਾਕ ਔਰ ਸਾਡੇ ਸੂਖਮ ਸਰੀਰ ਦੀ ਖੁਰਾਕ, ਜਿਨ੍ਹਾਂ ਨੂੰ ਵਿਦਵਾਨ ਕਹਿੰਦੇ ਨੇ ਭਜਨ ਔਰ ਭੋਜਨ। ਭੋਜਨ ਸਾਡੇ ਅਸਥੂਲ ਸਰੀਰ ਦੀ ਖੁਰਾਕ ਹੈ, ਇਸੇ ਤਰ੍ਹਾਂ ਜਿਹੜਾ ਭਜਨ ਹੈ ਉਹ ਸਾਡੇ ਸੂਖਮ ਸਰੀਰ ਦੀ ਖੁਰਾਕ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਜਦੋਂ ਪਹਿਲੀ ਉਦਾਸੀ ਪ੍ਰਾਰੰਭ ਕਰਨ ਲੱਗੇ, ਉਸ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਦਹਲੀਜ਼ ਦੇ ਅੰਦਰ ਖੜੁੱਤੇ ਨੇ। ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਤੋਂ ਆਸ਼ੀਰਵਾਦ ਲੈ ਲਏ ਨੇ, ਮਾਤਾ ਜੀ ਮੈਂ ਪਹਿਲੀ ਉਦਾਸੀ ਪ੍ਰਾਰੰਭ ਕਰਨ ਵਾਸਤੇ ਚੱਲਿਆ। ਮਾਤਾ ਜੀ ਵੀ ਖੜੋਤੇ ਨੇ, ਮੇਰਾ ਨਾਨਕ ਅੱਜ ਪਹਿਲੀ ਉਦਾਸੀ ਪ੍ਰਾਰੰਭ ਕਰਨ ਵਾਸਤੇ ਚੱਲਿਆ ਏ। ਮਰਦਾਨਾ ਵੀ ਖੜੋਤਾ ਏ, ਮਰਦਾਨੇ ਦੇ ਗਲ ਦੇ ਵਿੱਚ ਰਬਾਬ ਪਾਈ ਹੋਈ ਹੈ। ਮਾਤਾ ਜੀ ਦੇ ਨੇਤਰ ਛਲ ਗਏ, ਸੇਜਲ ਹੋ ਗਏ। ਮਾਤਾ ਜੀ ਨੇ ਮਰਦਾਨੇ ਨੂੰ ਇੱਕ ਸ਼ਬਦ ਕਿਹਾ ਸੀ, ਬਚਨ ਕਿਹਾ ਸੀਗਾ, ਕਹਿੰਦੇ ਮਰਦਾਨਿਆ ਮੇਰੇ ਨਾਨਕ ਨੂੰ ਤੂੰ ਕਦੇ ਭੁੱਖਾ ਨਾ ਰੱਖੀ, ਹਮੇਸ਼ਾ ਇਸ ਨੂੰ ਤ੍ਰਿਪਤ ਕਰਕੇ ਰੱਖੀ। ਮਰਦਾਨੇ ਨੇ ਹੱਥ ਜੋੜ ਕੇ ਮਾਤਾ ਜੀ ਨੂੰ ਕਿਹਾ, ਮਾਤਾ ਜੀ ਮੇਰੇ ਕੋਲੇ ਕਿਹੜਾ ਭਲਾ ਕੋਈ ਪਦਾਰਥ ਹੁੰਦੇ ਨੇ ਜਿਹੜੇ ਮੈਂ ਨਾਨਕ ਜੀ ਨੂੰ ਖਵਾ ਦੇਵਾਂ, ਗੁਰੂ ਨਾਨਕ ਦੇਵ ਜੀ ਨੂੰ ਪ੍ਰਸੰਨ ਕਰ ਦੇਵਾਂ। ਮੇਰੇ ਕੋਲੇ ਕੋਈ ਪਦਾਰਥ ਨਹੀਂ, ਮੈਂ ਤਾਂ ਆਪ ਮਰਾਸੀ ਜਾਤ ਦੇ ਵਿੱਚੋਂ ਹਾਂ, ਮੈਂ ਤਾਂ ਆਪ ਗਰੀਬ ਹਾਂ, ਮੈਂ ਤਾਂ ਕੇਵਲ ਇਹਨਾਂ ਨੂੰ ਰਬਾਬ ਸੁਣਾ ਸਕਦਾ, ਮੇਰੇ ਕੋਲੇ ਕੋਈ ਪਦਾਰਥ ਨਹੀਂ ਗਾ ਹੈਗਾ। ਮਾਤਾ ਜੀ ਕਹਿੰਦੇ ਮੈਂ ਬਾਹਰਲੀ ਪਦਾਰਥਾਂ ਦੀ ਗੱਲ ਨਹੀਂ ਕਰਦੀ ਮਰਦਾਨਿਆ, ਆਹ ਜਿਹੜੀ ਤੇਰੇ ਗਲ ਦੇ ਵਿੱਚ ਰਬਾਬ ਪਾਈ ਹੋਈ ਹੈ, ਕਹਿੰਦੇ ਬਸ ਇਹੀ ਗੁਰੂ ਨਾਨਕ ਦੀ ਖੁਰਾਕ ਬਣ ਚੁੱਕੀ ਹੈ। ਭਾਵ ਕਿ ਜਿੱਥੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੈਨੂੰ ਕਹਿਣ ਕਿ ਮਰਦਾਨਿਆ ਰਬਾਬ ਵਜਾ, ਧੁਰ ਦੀ ਬਾਣੀ ਆਈ ਹੈ,
कीर्तन की आरंभता होने लगी है, तू एक क्षण भी नहीं लाना, उदों ही तू कीर्तन प्रारंभ कर देना, क्योंकि मरदानिया गुरु नानक की खुराक कीर्तन बन चुकी है, उन्हां दी जीवन बन चुका है, उन्हां नूं बाहरली खुराक दे नाल बाहरले भोजन की लोड़ नहीं गी, उन्हां दा कीर्तन ही खुराक कीर्तन ही भोजन है। इस तरह गुरमुखो जदों ये गुरमुखां की खुराक बन जाती है ना कीर्तन, उन्हां दा जीवन हंसां वर्गा हो जाता है, उन्हां दा जीवन उज्जल हो जाता है। ते जिन्हां दी कीर्तन खुराक नहीं बनती, नाम खुराक नहीं बनते, उन्हां दे जीवन पखंडियां वर्गा बगलियां दी तरह, उन्हां दा जीवन कामां दी तरह वकारा वर्गा हो जाता है, वह वकारां दी गंदगी नूं खांदे ने। सतगुरु महाराज जी कहिंदे जे करके इह पखंडी लोग थोड़े जे सियाने होण, वह ना जाण, क्योंकि उन्हां नूं उत्थों उन्हां दी रिज़्क, उन्हां दा जिहड़ा खाणा है वह प्राप्त नहीं होना, क्योंकि उत्थे होर खाणा है। इत्थे बैठ के कीर्तन की खुराक मिलती है, तो वकारी आदमियों ने पखंडियों ने वकारा की गंदगी खानी है, इस करके उन्हां दी खुराक दे विच, उन्हां दे भोजन दे विच, ते जिहड़े हंस रूपी गुरमुख ने उन्हां दी खुराक दे विच ढेर सारा अंतर है। सच कमाणै सचो पाईऐ कूड़ा कूड़ा माणा। महाराज जी कहिंदे ने सच कमाईए तां सच पाईऐ, सच होवै तां सुच पाईऐ। अगर तेरे कोले सच है ते तां ही तेरे कोले पवित्रता है, अगर तेरे कोले सच नहीं, बाकी तो भावें सारा संसार ही कूड़ दे रस्ते विच तुरिया पिया है। महाराज जी कहिंदे जे करके तेरी जिंदगी दे अंदर तेरे जीवन दे विच सच कमाया होया है ते सच नूं तू प्राप्त होवेगा, नहीं तां कहिंदे जिहड़े झूठे लोग ने कहिंदे ओह झूठ दे विच ही माण करके तुरे फिरदे ने, जिहड़े झूठे लोग ने ओह झूठ दे विच ही माण करके तुरे फिरदे ने सारी जिंदगी, क्योंकि जिथे सारा संसार ये झूठा है उत्थे महाराज जी कहिंदे कूड़ राजा कूड़ परजा कूड़ सब संसार कूड़ मंडप कूड़ माड़ी कूड़ बैसनहार। किदी किदी गल करिए, इत्थे तां राजे भी झूठे ने, इत्थे परजा भी झूठी है, इत्थे सारा संसार ही झूठियां दा। महाराज जी कहिंदे ने एक दुनिया ते रब दा नाम परमेश्वर दी बंदगी ए ही सच है। इस करके अपने जीवन दे विच सच कमा तां ही सच प्राप्त होवेगा, नहीं कहिंदे जिहड़ा झूठ आदमी ने उन्हां दा माण भी कहिंदे झूठा ही है। नानक तिन को सतगुर मिलिया जिन्ना तुरे पया परवाना। सतगुरु महाराज जी कहिंदे उन्हां नूं सतगुरु जी मिलदा है, उन्हां नूं गुरु की प्राप्ति हुंदी है, जिन्हां तुरगाह दे अंदरों जिन्हां दा तुर तों ही कहिंदे परवाना हुक्म आया है, जिन्हां दे दरगाह तों हुक्म आया उन्हां नूं ही वाहिगुरु परमेश्वर मिलदा है। नानक सतगुर तिन्ना मिलाया जिन्हां तुरै पया संजोग, जिन्हां दे तुर तों संजोग परमात्मा दे नाल मिले हुंदे ने उन्हां नूं वाहिगुरु परमेश्वर दे नाम की प्राप्ति अते गुरु की प्राप्ति हुंदी है। महला पहला साहिब मेरा उजला जे को चित करे, नानक सोई सेवी है सदा सदा जो दे। धन श्री गुरु नानक देव महाराज पातशाह जी सानू उपदेश दिंदे ने। महाराज जी कहिंदे जिहड़ा मेरा साहिब है, मेरा जिहड़ा मालक है, वह बड़ा उजला है, क्योंकि उहदे अंदर कोई भी मैल नहीं गी। इस तरह जिहड़े उहदे प्रेमा भगती करन वाले हुंदे ने वह भी उजल हो जांदे ने। इस करके मेरा वाहिगुरु परमेश्वर बड़ा उजला है, जे को चित करे, जिहड़ा वाहिगुरु परमेश्वर नूं उस वाहिगुरु नूं अपने चित दे अंदर अपने मन दे विच धारण कर लवे। महाराज जी कहिंदे ने वह वाहिगुरु परमेश्वर जिहड़ा है उस नूं अपनी जिंदगी विच हमेशा जिहड़ा सेविए सेवदा है। ते महाराज पातशाह जी उहदे पासों कहिंदे कुछ भी लुका के नहीं रखदे, हमेशा हमेशा कहिंदे उहनूं पदार्थ दे दिंदे ने। गल है अपने जीवन दे अंदर उहदी सेवा करन दी। ख्याल करो जे गुरु की सेवा करनी आते उहदे जिहड़े गुरमुखां की सेवा करनी बराबर है, जिहड़े अपनी जिंदगी दे विच सेवा नहीं करदे। ते भाई साहब जी भाई गुरदास जी दे असीं बचन पढ़दे हाँ, किसी ने भाई साहब जी दे पासों पुछया सेवा उत्तम की है,
भाई साहब जी कहिंदे विण सेवा त्रिग हथ पैर होर निफल करनी, सेवा तो बिना मनुख इन्हां हथां दे नाल इन्हां पैरां दे नाल जितने मर्जी कर्म कर लवे गुरमुख उन्हां दा कोई फल की प्राप्ति नहीं गी। भाई साहब जी कहिंदे फल की प्राप्ति है तो इन्हां हथां दे नाल गुरु की सेवा करनी। उह सेवा की है? अंतर गुर आराधना, जिहबा जप गुर नाओ, नेत्री सतगुर पिखना, सरवनी सुनना गुर नाओ, सतगुर सेती दत्या, दरगे पाइए ठाओ, कहो नानक किरपा करे जिसनो ए वत दे, जग मैं उत्तम काढ़िए विरले के। ये सेवा इन्हां नेत्रां दे नाल गुरु दे दर्शन करने, रसना दे नाल उसकी बाणी नूं पढ़ना इत्यादिक, ये जिहड़ी सेवा प्राप्त हो जावे। महाराज पातशाह जी कहिंदे इस सेवा दे नाल जो भी कुछ गुरु तो मंगेगा, जो मांगे ठाकुर अपने ते सोई सोई देवे, जिहड़ा भी तू गुरु तो मंगेगा गुरु परमात्मा वाहिगुरु तेनू उही बख्शिश कर देंगे। नानक सोई सेवी है जित सेवै दुख जाए। गुरु नानक देव महाराज पातशाह जी कहिंदे ओ वाहिगुरु परमात्मा दी भाई तू सेवा कर। किहदी सेवा करन दे नाल? कहिंदे चार तरह का जिहड़ा दुख चले जांदा, दुख विछोड़ा, एक दुख भूख, एक दुख सख्त वार जमदूत, एक दुख रोग लगै तन धाए, वैद ना भोलिया दारू लाए। ये चार तरह का गुरु सतगुरु जी ने गुरबाणी विच दुख लिखिया है। कहिंदे चार तरह का दुख, विछोड़े का दुख, जमा का दुख, शरीर का दुख, कहिंदे इत्यादिक जिहड़े ये भुख का दुख, ये चार तरह का जिहड़ा दुख है कहिंदे ये केवल इहदी निवृत्ति परमात्मा की सेवा है। ये वाहिगुरु की सेवा करेगा तो तां इन्हां दुखां की निवृत्ति होवेगी, वरना असंभव है। सतगुरु महाराज जी कहिंदे उस वाहिगुरु की सेवा कर, फिर प्राप्ति की है सेवा दे विच? सतगुरु जी कहिंदे जित सेवै दुख जाए। जिहदी सेवा दे नाल कहिंदे दुखां की निवृत्ति चले जाती है। आव गुण वंजन गुण रवै मन सुख वसै आए। जिहड़ा जीव अपने हिरते दे अंदर गुण रवै, गुणा नूं कहिंदे वसा लैंदा है, गुणा नूं अपने अंदर समोह लैंदा है, ਉਹਦੇ ਅੰਦਰੋਂ ਕਹਿੰਦੇ ਆਪਣੇ ਆਪ ਹੀ ਜਿਹੜੇ ਔਗਣ ਨੇ ਉਹ ਖਤਮ ਹੋ ਜਾਂਦੇ ਨੇ। ਵੇਖੋ ਗੁਣ ਰਵੈ, ਵਿਦਵਾਨਾਂ ਨੇ ਸ਼ਾਸਤਰਾਂ ਦੇ ਅੰਦਰ 10 ਪ੍ਰਕਾਰ ਦੇ ਗੁਣ ਲਿਖੇ ਨੇ। ਕਹਿੰਦੇ ਜਿਹਦੇ ਅੰਦਰ 10 ਪ੍ਰਕਾਰ ਦੇ ਗੁਣ ਹੋਣ, ਖਿਆਲ ਕਰੋ ਗੁਰਮੁਖ ਕਹਿੰਦੇ ਉਸਨੂੰ ਧਰਮੀ ਖਵਾਉਣ ਦੀ ਲੋੜ ਨਹੀਂ ਪੈਂਦੀ। ਉਹਦੇ ਸਰੀਰ 'ਤੇ ਭਾਵੇਂ ਕੋਈ ਧਰਮ ਦਾ ਚਿੰਨ ਹੋਵੇ ਜਾਂ ਨਾ, ਕਹਿੰਦੇ ਉਹ ਆਪਣੇ ਆਪ ਹੀ ਧਰਮੀ ਬਣ ਜਾਂਦਾ। ਸ਼ਾਸਤਰ ਕਹਿੰਦੇ ਨੇ ਖਿਮਾ ਅਹਿੰਸਾ ਦਇਆ ਮਿਰਧ ਸਤ ਬਚਨ ਤਪ ਜਾਣ, ਸੀਲ ਸੋਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦੱਸ ਜਾਣ। ਇਹ ਧਰਮ ਦੇ 10 ਨਿਸ਼ਾਨੀਆਂ ਨੇ, 10 ਗੁਣ ਨੇ, ਖਿਮਾ ਹਿੰਸਾ ਦਇਆ ਕੋਮਲਤਾ ਸਹਿਣਸ਼ੀਲਤਾ ਪਰ ਉਪਕਾਰ ਨਿਮਰਤਾ ਪ੍ਰੇਮਾ ਭਗਤੀ। ਇਹਦੇ ਆਦਿਕ ਜਿਹੜੇ ਮਨੁੱਖ ਦੇ ਅੰਦਰ 10 ਗੁਣ ਪੈਦਾ ਆ ਜਾਣ ਤੇ ਮਨੁੱਖ ਆਪਣੇ ਆਪ ਹੀ ਧਰਮੀ ਬਣ ਜਾਂਦਾ। ਗੁਰੂ ਅੱਗੇ ਅਰਦਾਸ ਕਰਿਆ ਕਰੋ, ਮਹਾਰਾਜ ਸਾਡੇ ਵਿੱਚ ਕੋਈ ਗੁਣ ਨਹੀਂ, ਇੰਨੇ ਗੁਣ ਹੁੰਦਿਆਂ ਵੀ ਮਹਾਰਾਜ ਜੀ ਦੇ ਅੱਗੇ ਬੇਨਤੀ ਕਰੋ, ਮਹਾਰਾਜ ਹਮ ਅਵਗਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਵਿਖੈ ਵਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾਂ ਸੋ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਲੰਤ ਜਮ ਤਰਾਸ ਮਿਟਾਈ। ਬੇਨਤੀ ਕਰੋ ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਸਤਿਗੁਰੂ ਜੀ ਕਹਿੰਦੇ ਜਿਹੜਾ ਜੀਵ ਆਪਣੇ ਹਿਰਦੇ ਦੇ ਅੰਦਰ ਗੁਣਾਂ ਨੂੰ ਚੇਤੇ ਕਰਦਾ ਏ ਉਹਦੇ ਅੰਦਰ ਔਗਣਾਂ ਦਾ ਨਾਸ ਹੋ ਜਾਂਦਾ, ਮਨ ਦੇ ਵਿੱਚ ਕਹਿੰਦੇ ਜਿਹੜਾ ਸੁੱਖ ਹੈ ਉਹ ਆ ਕੇ ਵਸ ਜਾਂਦਾ ਹੈ। ਪੌੜੀ ਆਪੇ ਆਪ ਵਰਤਦਾ ਆਪ ਤਾੜੀ ਲਾਈਆਂ ਨਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਉਚਾਰਨ ਕਰਦੇ ਨੇ ਉਹ ਵਾਹਿਗੁਰੂ ਹਰੇਕ ਥਾਂ ਤੇ ਆਪੇ ਆਪ ਹੀ ਵਰਤ ਰਿਹਾ, ਉਹ ਆਪ ਹੈ, ਆਪ ਹੀ ਆਪਣੀ ਨਿਗਾਹ ਦੇ ਨਾਲ ਸਾਰੀ ਸ੍ਰਿਸ਼ਟੀ ਦੇ ਅੰਦਰ ਵਰਤਦਾ ਪਿਆ ਹੈ। ਆਪ ਹੀ ਵਿਦਵਾਨਾਂ ਨੇ ਇਹਦੇ ਤਾੜੀ ਦੇ ਅਰਥ ਕੀਤੇ ਨੇ, ਆਪ ਹੀ ਵਿਦਵਾਨ ਉਹ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਸਿੱਖਾਂ ਨੂੰ ਆਪਣੇ ਭਗਤਾਂ ਨੂੰ ਸ਼ਰਧਾ ਦੀ ਜਿਹੜੀ ਤਾੜੀ ਹੈ
ਉਹ ਲਾ ਕੇ ਦਿੱਤੀ ਹੋਈ ਹੈ, ਹਿਰਦੇ ਅੰਦਰ ਸ਼ਰਧਾ ਦਿੱਤੀ ਹੋਈ ਹੈ। ਜਾਂ ਗੁਰਮੁਖ ਪਿਆਰਿਓ, ਆਪੇ ਹੀ ਉਪਦੇਸ਼ ਦਾ ਗੁਰਮੁਖ ਪਤਿਆਈਨ, ਉਹ ਆਪ ਹੀ ਵਾਹਿਗੁਰੂ ਉਪਦੇਸ਼ ਦੇ ਰਿਹਾ ਹੈ, ਆਪ ਹੀ ਵਾਹਿਗੁਰੂ ਨਾਮ ਜਪਣ ਦਾ ਉਪਦੇਸ਼ ਦਿੰਦਾ ਹੈ। ਆਪ ਹੀ ਕਹਿੰਦੇ ਜਿਹੜੇ ਗੁਰਮੁਖ ਹੁੰਦੇ ਨੇ, ਕਹਿੰਦੇ ਉਹਨਾਂ ਗੁਰਮੁਖਾਂ ਨੂੰ ਆਪ ਹੀ ਜਿਹੜਾ ਜਗਿਆਸੂ ਰੂਪ ਹੋ ਕਰਕੇ ਤੇ ਆਪ ਹੀ ਉਹਨਾਂ ਨੂੰ ਪਤਿਆਈ ਦੇ ਰਿਹਾ ਹੈ, ਸ੍ਰਿਸ਼ਟੀ ਦੇ ਰਿਹਾ ਹੈ। ਇੱਕ ਆਪੇ ਉੱਜੜ ਪਾਏ ਆਣ, ਇੱਕ ਭਗਤੀ ਲਾਏ ਆਣ, ਆਪ ਹੀ ਵਾਹਿਗੁਰੂ ਪਰਮੇਸ਼ਰ ਕਿਸੇ ਜੀਵਾਂ ਨੂੰ ਉਜਾੜ ਦੇ ਵਿੱਚ ਭਾਵ ਸੰਸਾਰ ਦੇ ਵਿੱਚ ਵਾਹਿਗੁਰੂ ਪਾ ਰਿਹਾ ਹੈ। ਕਈਆਂ ਨੂੰ ਆਪ ਹੀ ਵਾਹਿਗੁਰੂ ਪਰਮੇਸ਼ਰ ਨਵ ਦਾ ਭਗਤੀ ਦੇ ਰਿਹਾ, ਪ੍ਰੇਮਾ ਭਗਤੀ ਦੇ ਰਿਹਾ ਹੈ, ਨੌ ਤਰ੍ਹਾਂ ਦੀ ਭਗਤੀ ਦਿੰਦਾ ਪਿਆ ਵਾਹਿਗੁਰੂ ਪਰਮੇਸ਼ਰ। ਪਰ ਆਖਰਲੀਆਂ ਪੰਕਤੀਆਂ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਜਿਸ ਆਪ ਬੁਝਾਏ ਸੋ ਬੁਝ ਸੀ, ਆਪੇ ਨਾਏ ਲਾਇਆਨ। ਉਹ ਵਾਹਿਗੁਰੂ ਪਰਮੇਸ਼ਰ ਜਿਸ ਨੂੰ ਆਪ ਬੁਝਾਵੇ, ਜਿਸ ਨੂੰ ਆਪ ਭਾਵ ਸਮਝਾਵੇ, ਕਹਿੰਦੇ ਉਹੀ ਬੁਝ ਸੀ, ਉਹ ਉਸੇ ਨੂੰ ਹੀ ਸਮਝ ਆਉਂਦੀ ਹੈ, ਦੂਸਰੇ ਨੂੰ ਨਹੀਂ। ਜਿਸ ਨੂੰ ਵਾਹਿਗੁਰੂ ਆਪ ਸਮਝਾਵੇ ਉਸ ਨੂੰ ਸਮਝ ਆਉਂਦੀ ਹੈ, ਫਿਰ ਉਹ ਜਗਿਆਸੂ ਆਪ ਹੀ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਲਾ ਲੈਂਦਾ ਹੈ, ਆਪਣੇ ਹਿਰਦੇ ਵਿੱਚ ਆਪ ਹੀ ਵਸਾ ਲੈਂਦਾ ਹੈ। ਨਾਨਕ ਨਾਮ ਧਿਆਈ ਹੈ ਸੱਚੀ ਵਡਿਆਈ। ਇਸੇ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ, ਜਿਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਸੱਚੀ ਹੈ, ਉਹ ਆਦਿ ਸੱਚ ਜੁਗਾਦ ਸੱਚ ਹੈ, ਉਹ ਤ੍ਰੈਕਾਲ ਆਬਾਦ ਦੱਤਵੰਗ ਸਤੱਤਵੰਗ ਸਰੂਪ ਹੈ, ਉਹ ਸੱਤ ਚੇਤਨ ਆਨੰਦ ਸਰੂਪ ਹੈ, ਉਹਦੀ ਵਡਿਆਈ ਵੱਡੀ ਹੈ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਵੱਡੇ ਦੀਆਂ ਜਿਹੜੀਆਂ ਵਡਿਆਈਆਂ ਉਹ ਵੀ ਵੱਡੀਆਂ ਹੀ ਨੇ। ਇਸੇ ਕਰਕੇ ਉਹ ਵਾਹਿਗੁਰੂ ਦੇ ਨਾਮ ਨੂੰ ਆਰਾਧਨਾ ਕਰੀਏ, ਨਾਮ ਨੂੰ ਧਿਆਉਣਾ ਕਰੀਏ। ਇੱਥੇ ਕੁਝ ਵਿਦਵਾਨਾਂ ਨੇ ਆਪਣੀ ਕਲਮ ਦੇ ਨਾਲ ਇੱਥੇ ਇਹ ਵੀ ਰਚਿਤ ਕੀਤਾ ਹੈ ਕਿ ਜਦੋਂ ਮਹਾਰਾਜ ਜੀ ਇਹ ਜਿਹੜੀ ਵਾਰ ਦੀ ਸੰਪੂਰਨਤਾ ਜਾਂ ਹਲੇਕ ਸਲੋਕ ਦੀ ਸੰਪੂਰਨਤਾ ਤੋਂ ਬਾਅਦ ਆਪੇ ਉਹ ਵਾਹਿਗੁਰੂ ਪਰਮੇਸ਼ਰ ਨਾਨਕ ਨਾਮ ਧਿਆਈਏ ਸੱਚੀ ਵਡਿਆਈ, ਉਹ ਵੀ ਲਿਖਦੇ ਨੇ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਕੁਝ ਵਿਦਵਾਨਾਂ ਦੇ ਇਸ ਤਰ੍ਹਾਂ ਦੀ ਵੀ ਖਿਆਲ ਆਤ ਨੇ, ਕੁਝ ਵਿਦਵਾਨਾਂ ਦੇ ਖਿਆਲ ਆਤ ਨੇ, ਕਹਿੰਦੇ ਨਹੀਂ ਸਤਿਗੁਰੂ ਜੀ ਨੇ ਉਚਾਰਨ ਨਹੀਂ ਕੀਤੇ, ਜਿਹੜੇ ਆਰੰਭਤਾ ਦੇ ਵਿੱਚ ਕੀਤੀ ਹੋਈ ਉਹੀ ਹਰੇਕ ਸਲੋਕ ਦੇ ਨਾਲ ਨੀਗੀ। ਤੇ ਕੁਝ ਵਿਦਵਾਨ ਇਸ ਤਰ੍ਹਾਂ ਕਹਿੰਦੇ ਨੇ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਇਹ ਵੀ ਮਹਾਰਾਜ ਜੀ ਨੇ ਹਰੇਕ ਸਲੋਕ ਦੇ ਮੰਗਰ ਜਿਹੜੇ ਉਹ ਸ਼ਬਦ ਬੋਲਦੇ ਨੇ, ਸ਼ੁੱਧ ਸ਼ੁੱਧ ਗੁਰਬਾਣੀ ਦਾ ਪਾਠ ਹੈ। ਵਿਦਵਾਨ ਜਨ ਇਹ ਵੀ ਕਹਿੰਦੇ ਨੇ ਕਿ ਇਹ ਜਿਹੜੀ ਵਾਰ ਇਹ ਸ਼ੁੱਧ ਹੈ, ਇਹਦੇ ਉੱਪਰ ਕੋਈ ਵੀ ਉਂਗਲ ਚੱਕਣ ਦੀ ਕਿਸੇ ਨੂੰ ਇਹ ਨਹੀਂ ਕਿ ਕੱਲ੍ਹ ਨੂੰ ਕੋਈ ਕਲਮ ਚੱਕ ਰਵੇ, ਕੱਲ੍ਹ ਨੂੰ ਕੋਈ ਇਸ ਨੂੰ ਸੋਧਣ ਦੀ ਗੱਲ ਕਰੇ, ਕਿਉਂਕਿ ਜਿਹੜੀ ਇਹ ਵਾਰ ਹੈ ਇਹ ਸੋਧੀ ਹੋਈ ਹੈ, ਇਹਦੇ ਉੱਤੇ ਕੋਈ ਕਿੰਤੂ ਕੋਈ ਪਰੰਤੂ ਕਰਨ ਦੀ ਲੋੜ ਨਹੀਂ। ਇਹ ਰਾਮਕਲੀ ਦੀ ਜੋ ਵਾਰ ਪਹਿਲੀ ਵਾਰ ਦੀ ਸੰਪੂਰਨਤਾ ਹੋਈ ਹੈ, ਸਤਿਗੁਰੂ ਮਹਾਰਾਜ ਜੀ ਕਿਰਪਾ ਕਾਰਨ ਸਿੰਘ ਸਾਹਿਬ ਜੀ ਹੋਣਾ ਦਾ ਕੋਟਨ ਕੋਟ ਧੰਨਵਾਦ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਟਨ ਕੋਟ ਧੰਨਵਾਦ, ਗੁਰੂ ਦੀ ਸੰਗਤ ਦਾ ਧੰਨਵਾਦ, ਸਭ ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ, ਜਿਹੜੇ ਸੰਗਤਾਂ ਦੇ ਵਿੱਚ ਦਰਸ਼ਨ ਦੇ ਕੇ ਕਲਯੁਗ ਜੀਵਾਂ ਨੂੰ ਪਾਰ ਉਤਾਰਾ ਕਰ ਰਹੇ ਨੇ। ਹੋਈਆਂ ਸੁਖਮ ਭੁੱਲਾਂ ਦੀ ਖਿਮਾ ਜੀ, ਗੱਜ ਕੇ ਬੁਲਾਵਾ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।